ਇਸ ਵੀਡੀਓ ਤੇ ਵਿੱਚ ਆਪਾਂ ਕੁਲਫੀ ਕਹਾਣੀ ਦਾ ਸਾਰ ਪੜਾਂਗੇ ਕੁਲਫੀ ਕਹਾਣੀ ਪ੍ਰਿੰਸੀਪਲ ਸੁਜਾਨ ਸਿੰਘ ਦੀ ਲਿਖੀ ਹੋਈ ਹੈ ਕੁਲਫੀ ਕਹਾਣੀ ਦਾ ਸਾਰ ਜੂਨ ਦੇ ਮਹੀਨੇ ਦੁਪਹਿਰ ਵੇਲੇ ਕਹਾਣਿਕਾ ਸਫਟੇ ਲੰਮਾ ਪਿਆ ਆਪਣੀਆਂ ਆਰਥਿਕ ਮੁਸ਼ਕਿਲਾਂ ਬਾਰੇ ਸੋਚ ਰਿਹਾ ਸੀ ਐਨੇ ਨੂੰ ਬਾਰ ਕੁਲਫੀ ਵਾਲੇ ਨੇ ਹੋਕਾ ਦਿੱਤਾ ਅੱਜ ਉਸਦੇ ਨੀਂਦ ਪੂਰੀ ਨਹੀਂ ਹੋਈ ਸੀ ਕਿ ਉਸਨੂੰ ਉਸਦੇ ਛੋਟੇ ਕਾਕੇ ਨੇ ਹਲੂਣ ਕੇ ਜਗਾਇਆ ਤੇ ਖਰਚਣ ਲਈ ਇੱਕ ਟਕਾ ਮੰਗਿਆ ਪਰ ਮਹੀਨੇ ਦੀ 26 ਤਰੀਕ ਹੋਣ ਕਰਕੇ ਕਹਾਣਿਕਾ ਦੇ ਜੇਬ ਵਿੱਚ ਇੱਕ ਪੈਸਾ ਵੀ ਨਹੀਂ ਸੀ ਇਸ ਸਮੇਂ ਕਹਾਣਿਕਾ ਨੂੰ ਬਾਰੋ ਮੋਰਮਰੇ ਵੱਲੇ ਤਾਂ ਹੋਕਾ ਸੁਣਾਈ ਦਿੱਤਾ ਤੇ ਕਾਕਾ ਟਕਾ ਲੈਣ ਲਈ ਜਿੱਦ ਕਰਨ ਲੱਗਾ ਕਹਾਣਿਕਾ ਨੇ ਕਾਕੇ ਨੂੰ ਕਿਹਾ ਕਿ ਟਕਾ ਭੈੜਾ ਹੁੰਦਾ ਪਰ ਕਾਕਾ ਇਸ ਗੱਲ ਨਾਲ ਸਹਿਮਤ ਨਾ ਹੋਇਆ ਫਿਰ ਜਦੋਂ ਕਹਾਣੀਕਾਰ ਨੇ ਕਿਹਾ ਕਿ ਮੁਰਮਰਾ ਪਹਿੜਾ ਹੁੰਦਾ ਹੈ ਤਾਂ ਕਾਕਾ ਕਹਿਣ ਲੱਗਾ ਕਿ ਨਹੀਂ ਮੁਰਮਰਾ ਮਿੱਠਾ ਆਉਂਦਾ ਹੈ ਕਹਾਣੀਕਾਰ ਨੇ ਕਾਕੇ ਨੂੰ ਜਿੱਦ ਨਾ ਛੱਡਦਾ ਦੇਖ ਕੇ ਕਿਹਾ ਅਸੀਂ ਸ਼ਾਮੇ ਬਾਜ਼ਾਰੋਂ ਕੁਲਫੀ ਖਾਵਾਂਗੇ ਕਾਕਾ ਕੁਲਫੀ ਖਾਣ ਲਈ ਮੰਨ ਗਿਆ ਕਹਾਣੀਕਾਰ ਕਿਸੇ ਛਾਬੜੀ ਵਾਲੇ ਦੇ ਆਉਂ ਤੜਦਾ ਕੜਕ ਦੀ ਧੁੱਪ ਵਿੱਚ ਕਰੋਬਾਰ ਚੱਲਾ ਗਿਆ ਤੇ ਸੜਕਾਂ ਤੇ ਘੁੰਮਦਾ ਸੋਚ ਰਿਹਾ ਸੀ ਕਿ ਉਹ ਤਨਖਾਹ ਦੇ ਵਾਅਦੇ ਲਈ ਆਪਣੇ ਮਾਲਕ ਨਾਲ ਟੱਕਰ ਲੈਣ ਜੋਗਾ ਨਹੀਂ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਨੌਕਰੀ ਤੋਂ ਜਵਾਬ ਮਿਲ ਜਾਵੇਗਾ ਸ਼ਾਮ ਨੂੰ ਇਹ ਸਮਝ ਕੇ ਕਿ ਕਾਕਾ ਸੋ ਗਿਆ ਹੋਵੇਗਾ ਕਹਾਣੀਕਾਰ ਕਾਲੇ ਕਾਲੇ ਘਰ ਆਇਆ ਪਰ ਕਾਕਾ ਜਾਗਦਾ ਸੀ ਤੇ ਉਸਨੇ ਚੱਲ ਕੇ ਕੁਲਫੀ ਖਵਾਉਣ ਲਈ ਕਿਹਾ ਪਰ ਕਹਾਣੀਕਾਰ ਦੇ ਦਬਕੇ ਨਾਲ ਬੱਚਾ ਚੁੱਪ ਕਰ ਗਿਆ ਫਿਰ ਕਹਾਣੀਕਾਰ ਨੇ ਉਸਨੂੰ ਗੋਦੀ ਵਿੱਚ ਲੈ ਕੇ ਕਿਹਾ ਕਿ ਹੁਣ ਰਾਤ ਪੈ ਗਈ ਹੈ ਕੁਲਫੀ ਖਾਣ ਕੱਲ ਚੱਲਾਂਗੇ ਦੂਸਰੇ ਦਿਨ ਕਹਾਣੀਕਾਰ ਨੇ ਇੱਕ ਸਾਥੀ ਤੋਂ 3 ਰੁਪਏ ਉਧਾਰ ਲਏ ਜਦੋਂ ਦੁਪਹਿਰੇ ਘਰ ਪਹੁੰਚਿਆ ਤਾਂ ਕਾਕਾ ਸੁੱਤਾ ਪਿਆ ਸੀ ਤੇ ਘਰ ਵਾਲੇ ਨੇ ਘਰ ਦੀਆਂ ਲੋੜਾਂ ਲਈ ਕਹਾਣੀਕਾਰ ਤੋਂ 3 ਰੁਪਏ ਲੈ ਲਏ ਕਾਕੇ ਨੇ ਜਾਗਦਿਆਂ ਹੀ ਕੁਲਫੀ ਮੰਗੀ ਕਹਾਣਕਾ ਨੇ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਕਰਕੇ ਛੁਟਕਾਰਾ ਪਾਇਆ ਮਾਂ ਤੋਂ ਮਿਲਿਆ ਟਕਾ ਕਾਕੇ ਨੇ ਕਹਾਣਕਾਰ ਕੋਲ ਜਮ੍ਹਾਂ ਕਰਵਾ ਦਿੱਤਾ ਸ਼ਾਮ ਨੂੰ ਕਹਾਣਕਾਰ ਖੇਡਣ ਦੇ ਬਹਾਨੇ ਘਰੋਂ ਚਲਾ ਗਿਆ ਤੇ ਕਾਫੀ ਰਾਤ ਗੁਜ਼ਰੀ ਤੇ ਆਇਆ ਕਾਕਾ ਉਸ ਦੀ ਬਹੁਤ ਚਿਰ ਉਡੀਕ ਕਰਕੇ ਸੋ ਗਿਆ ਸੀ ਅੱਧੀ ਰਾਤ ਵੇਲੇ ਸੁੱਤਾ ਕਾਕਾ ਕੁਲਫੀ ਕੁਲਫੀ ਬੁੜਬੜਾਉਣ ਲੱਗਾ ਕਹਾਣਕਾਰ ਬੈਬਲ ਹੋ ਉਠਿਆ ਅਗਲੇ ਦਿਨ ਕਾਕੇ ਨੇ ਕੁਲਫੀ ਨਾ ਮੰਗੀ ਦੁਪਹਿਰ ਵੇਲੇ ਰੋਟੀ ਖਾ ਕੇ ਕਹਾਣਕਾਰ ਸੋ ਗਿਆ ਇਨਨੂ ਬਾਰ ਕੁਲਫੀ ਵਾਲੇ ਨੇ ਹੋਕਾ ਦਿੱਤਾ ਕਾਕਾ ਇੱਕ ਬੱਤਖ ਨਾਲ ਖੇਡ ਰਿਹਾ ਸੀ ਉਹ ਬੱਤਖ ਸੁੱਟ ਕੇ ਖੜਾ ਹੋ ਗਿਆ ਤੇ ਕਹਾਣਿਕਾ ਨੂੰ ਜਗਾਏ ਬਗੈਰ ਬਾਰ ਨੂੰ ਤੁਰ ਪਿਆ ਕਹਾਣਿਕਰ ਵੀ ਉੱਠ ਕੇ ਉਸ ਦੇ ਮਗਰ ਬੂਹੇ ਉੱਲੇ ਜਾ ਖੜਾ ਹੋਇਆ ਇਸ ਸਮੇਂ ਕੁਲਫੀ ਵਾਲਾ ਸ਼ਾਹ ਦੇ ਮੁੰਡੇ ਨੂੰ ਕੁਲਫੀ ਦੇਣ ਲੱਗਾ ਸੀ ਇਹ ਮੁੰਡਾ ਕਾਕੇ ਤੋਂ 3 ਸਾਲ ਵੱਡਾ ਸੀ ਤੇ ਤਕੜਾ ਵੀ ਸੀ ਕਾਕਾ ਨੇੜੇ ਖੜਾ ਹੋ ਕੇ ਕੁਲਫੀ ਵਾਲ ਵੇਖ ਰਿਹਾ ਸੀ ਜਿਉਂ ਹੀ ਕੁਲਫੀ ਵਾਲੇ ਨੇ ਸ਼ਾਹ ਤੇ ਮੁੰਡੇ ਦੇ ਹੱਥ ਤੇ ਕੁਲਫੀ ਦੀ ਪਲੇਟ ਰੱਖੀ ਕਾਕਾ ਉਸ ਦੇ ਕੇ ਪੈ ਗਿਆ ਸ਼ਾਹ ਦਾ ਮੁੰਡਾ ਨਾਲੀ ਵਿੱਚ ਡਿੱਗ ਪਿਆ ਤੇ ਕੁਲਫੀ ਖਿਲਰ ਗਈ ਸ਼ਾਹ ਦਾ ਮੁੰਡਾ ਗੁੱਸਾ ਖਾ ਕੇ ਉੱਠਿਆ ਤੇ ਕਾਕੇ ਨੇ ਹੋਰ ਇੱਕ ਠੁੱਡਾ ਮਾਰ ਕੇ ਉਸ ਨੂੰ ਮੁੜ ਨਾਲੀ ਵਿੱਚ ਸੁੱਟ ਦਿੱਤਾ ਕੁਲਫੀ ਵਾਲਾ ਕਾਕੇ ਨੂੰ ਚਪੇੜ ਮਾਰਨ ਲੱਗਾ ਹੀ ਸੀ ਪਰ ਕਹਾਣਿਕਾ ਨੇ ਦੌੜ ਕੇ ਉਸ ਨੂੰ ਚੁੱਕ ਲਿਆ ਸ਼ਾਣੀ ਕਹਾਣਿਕਾ ਤੇ ਕਰ ਉਲਾਂਬਾ ਲੈ ਕੇ ਆਈ ਕਹਾਣੀਕਾਰ ਦੀ ਪਤਨੀ ਕਾਕੇ ਨੂੰ ਚਪੇੜ ਮਾਰਨ ਲੱਗੀ ਪਰ ਕਹਾਣੀਕਾਰ ਨੇ ਕਿਹਾ ਕੁਝ ਵੰਡ ਸੁਧਾਣੇ ਕਾਇਰ ਪਿਉ ਦੇ ਕਰ ਬਹਾਦਰ ਮੁੰਡਾ ਜੰਮਿਆ ਹੈ